.com ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਨਿਊਜ਼ਰੂਮ .com ਤੇ ਤੁਸੀਂ ਅਕਸਰ ਮਾਣਯੋਗ ਹਸਤੀਆਂ ਦੇ ਨਾਲ ਰੂਬਰੂ ਹੁੰਦੇ ਰਹਿੰਦੇ ਹੋ ਤੇ ਅੱਜ ਫਿਰ ਇੱਕ ਵਾਰ ਸਾਡੇ ਨਾਲ ਪੰਜਾਬ ਦੀ ਇੱਕ ਸਨਮਾਨਯੋਗ ਸ਼ਖਸੀਅਤ ਅਤੇ ਪੰਜਾਬ ਆਰਟਸ ਕਾਉਂਸਲ ਦੇ ਪ੍ਰੈਜ਼ੀਡੈਂਟ ਮੈਡਮ ਸਤਿੰਦਰ ਸੱਤੀ ਨੇ ਸਾਡੇ ਨਾਲ ਜਿਹੜੇ ਕਿ ਸਾਉਣ ਦੇ ਮਹੀਨੇ ਦੇ ਵਿੱਚ ਇੱਕ ਖਾਸ ਉਪਰਾਲਾ ਉਹਨਾਂ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਉਹਦੇ ਬਾਰੇ ਗੱਲਬਾਤ ਕਰਾਂਗੇ ਅਸੀਂ ਉਹਨਾਂ ਦੇ ਨਾਲ। ਮੈਮ ਸਤਿ ਸ਼੍ਰੀ ਅਕਾਲ, ਵੈਲਕਮ ਟੂ ਨਿਊਜ਼ਰੂਮ.com। ਪਹਿਲਾਂ ਤਾਂ ਮਹੀਨੇ ਹੋ ਗਏ ਨੇ ਪੰਜਾਬ ਆਰਟਸ ਕਾਉਂਸਲ ਦੇ ਤੁਹਾਨੂੰ ਪ੍ਰੈਜ਼ੀਡੈਂਟ ਬਣਿਆ ਨੂੰ, ਅਤੇ ਜੋ ਤੁਹਾਡਾ ਇਸ ਪ੍ਰੈਜ਼ੀਡੈਂਟ ਦੇ ਅਹੁਦੇ 'ਤੇ ਰਹਿੰਦਿਆਂ ਹੋਇਆਂ ਜੋ ਕੰਮ ਤੁਸੀਂ ਕੀਤੇ ਨੇ ਸਾਡੇ ਸਾਰਿਆਂ ਦੇ ਸਾਹਮਣੇ ਨੇ, ਪਰ ਫਿਰ ਵੀ ਮੈਂ ਚਾਹੂੰਗੀ ਕਿ ਤੁਸੀਂ ਆਪਣੀ ਜ਼ੁਬਾਨੀ 6-7 ਮਹੀਨੇ ਦੀ ਜਿਹੜੀ ਕਾਰਗੁਜ਼ਾਰੀ ਤੁਹਾਡੀ ਰਹੀ ਹੈ ਸਾਨੂੰ ਸਾਰਿਆਂ ਨੂੰ ਦੱਸੋ। ਮੇਰੇ ਖਿਆਲ ਸਾਰਿਆਂ ਨੂੰ, ਕਿਉਂਕਿ ਜੋ ਵੀ ਮੈਂ ਕਰ ਰਹੀ ਸੀ ਮੀਡੀਆ ਬਹੁਤ ਹੈਲਪਫੁਲ ਸੀਗਾ, ਔਰ ਸਾਰਾ ਕੁਛ ਹੀ ਤੁਸੀਂ ਸਭ ਨੇ ਦਿਖਾਇਆ ਵੀ ਹੈ, ਲੋਕਾਂ ਨੇ ਦੇਖਿਆ ਵੀ ਹੈ, ਸੋ ਵਾਰ ਵਾਰ ਉਹਨਾਂ ਚੀਜ਼ਾਂ ਨੂੰ ਰਿਪੀਟ ਕਰਨਾ। ਪਰ ਫਿਰ ਵੀ ਅਸੀਂ ਸਭ ਤੋਂ ਪਹਿਲਾਂ ਜਿੱਦਾਂ ਵਿਸਾਖੀ 'ਚ ਪਹਿਲਾਂ ਸਾਡਾ ਜਿਹੜਾ ਵੱਡਾ ਫੰਕਸ਼ਨ ਸੀਗਾ ਉਹ ਕੀਤਾ ਸੀ, ਜਿਸ ਦੇ ਵਿੱਚ ਅਸੀਂ ਸੀਨੀਅਰ ਜਿੰਨੇ ਸਾਡੇ ਥੀਏਟਰ ਨਾਲ, ਮਿਊਜ਼ਿਕ ਨਾਲ, ਲਿਟਰੇਚਰ ਨਾਲ ਲੋਕ ਸੀਗੇ, ਕਿਉਂਕਿ ਮੈਨੂੰ ਲੱਗਦਾ ਸੀ ਕਿ ਹਮੇਸ਼ਾ ਅਸੀਂ ਜਿਹੜੇ ਲੋਕ ਚੱਲ ਰਹੇ ਹੁੰਦੇ ਉਹਨਾਂ ਨੂੰ ਸਨਮਾਨਿਤ ਕਰਦੇ ਹਾਂ। ਉਹ ਲੋਕ ਜਿਨ੍ਹਾਂ ਨੇ ਜ਼ਿੰਦਗੀ ਦਿੱਤੀ ਹੁੰਦੀ ਹੈ, ਉਹ ਉਮਰ ਦੇ ਉਸ ਪੜਾਅ 'ਤੇ ਹੁੰਦੇ ਨੇ, ਉਹਨਾਂ ਵੱਲ ਕੋਈ ਨਜ਼ਰ ਹੀ ਨਹੀਂ ਮਾਰਦਾ। ਸੋ ਉਹਦੇ 'ਚ ਅਸੀਂ ਜਿੱਥੇ ਪੰਜਾਬ ਆਰਟਸ ਕੌਂਸਲ ਵੱਲੋਂ ਸਨਮਾਨ ਦਿੱਤੇ ਸੀਗੇ, ਉੱਥੇ ਅਕੈਡਮੀ ਅਵਾਰਡਸ ਵੀ ਜਿਹੜੇ ਸੀ ਉਹ ਦਿੱਤੇ ਗਏ ਸੀ, ਜੋ ਕਿ ਬਹੁਤ ਹੀ ਸ਼ਲਾਘਾਯੋਗ ਸੀ, ਜਿਨ੍ਹਾਂ ਦੇ ਵਿੱਚੋਂ ਮੇਰੇ ਦਿਲ ਦੇ ਬਹੁਤ ਨੇੜੇ ਸੀ ਕਿ ਉਮਾ ਗੁਰਬਖਸ਼ੀ, ਜੋ ਕਿ ਪਹਿਲੀ ਥੀਏਟਰ ਦੀ ਫੀਮੇਲ ਐਕਟਰਸ ਸੀ, ਔਰ ਮੈਨੂੰ ਯਾਦ ਹੈ ਕਿ ਜਦੋਂ ਪਹਿਲੀ ਵਾਰ ਉਹਨਾਂ ਦੀ ਲਾਈਫ ਦਾ ਹੀ ਪਹਿਲਾ ਸਨਮਾਨ ਸੀਗਾ ਇਸ ਤਰ੍ਹਾਂ ਦਾ, ਔਰ ਜਦੋਂ ਉਹਨਾਂ ਨੇ ਮੈਨੂੰ ਘੁੱਟ ਕੇ ਕਲਾ ਵਿੱਚ ਪਾਇਆ, ਮੈਨੂੰ ਅੱਜ ਵੀ ਉਹਨਾਂ ਦੀਆਂ ਅੱਖਾਂ 'ਚੋਂ ਨਵੀਂ ਜਿਹੜੀ ਉਹ ਮੈਨੂੰ ਲੱਗਾ ਕਿ ਤੁਹਾਡੀ ਬੜੀ ਵੱਡੀ ਪ੍ਰਾਪਤੀ ਹੈ, ਕਿਉਂਕਿ ਬਹੁਤ ਵਾਰ ਹੁੰਦਾ ਕਿ ਅਸੀਂ ਜਿਹੜੇ ਲੋਕਾਂ ਦੇ ਨਾਮ ਚੱਲਦੇ ਹੁੰਦੇ ਸੀ ਉਹਨਾਂ ਨੂੰ ਹੀ ਸਨਮਾਨਿਤ ਕਰਦੇ ਹਾਂ, ਪਰ ਬਹੁਤ ਸਾਰੇ ਲੋਕ ਇਹ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਆਪ ਨੂੰ ਮਾਰਕੀਟ ਕਰਨਾ ਨਹੀਂ ਆਉਂਦਾ, ਪਰ ਉਹਨਾਂ ਦੀ ਕੰਟਰੀਬਿਊਸ਼ਨ ਵੀ ਉਹਨਾਂ ਦੇ ਸ਼ਾਇਦ ਉਹਨਾਂ ਤੋਂ ਵੱਧ ਹੀ ਹੁੰਦੀ ਹੈ। ਪਰ ਸਾਡੇ ਲੋਕਾਂ ਦੀ ਨਜ਼ਰ ਹੈ ਨਾ ਕਿ ਸਾਡੀ ਅੱਖ ਨੂੰ ਜੋ ਦਿਸਦਾ ਅਸੀਂ ਬਸ ਉਹੀ ਦੇਖਦੇ ਹਾਂ, ਉਹਦੇ ਪਿੱਛੇ ਨਹੀਂ ਦੇਖਦੇ। ਸੋ ਮੈਂ ਕੋਸ਼ਿਸ਼ ਕੀਤਾ ਸੀ ਕਿ ਅੱਖ ਤੋਂ ਪਰੇ ਹੋ ਕੇ ਉਹ ਲੋਕ ਜਿਹੜੇ ਰੀਅਲ ਅਚੀਵਰਸ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏ। ਪਾਤਰ ਸਾਹਿਬ ਨੂੰ ਉਹਦੇ ਵਿੱਚ ਲਿਟਰੇਚਰ 'ਚੋਂ ਸਨਮਾਨ, ਪ੍ਰੀਤੀ ਸਪਰੂ ਹੁਣਾਂ ਨੂੰ, ਕਿਉਂਕਿ ਜਦੋਂ ਟੈਰਰਿਜ਼ਮ ਸੀ ਪਹਿਲੀ ਫੀਮੇਲ ਡਾਇਰੈਕਟਰ ਸੀ, ਪ੍ਰੋਡਿਊਸਰ ਸੀ, ਬੜੀ ਮਿਹਨਤ ਕੀਤੀ ਸੀ ਉਹਨਾਂ ਨੇ, ਮੈਨੂੰ ਲੱਗਦਾ ਸੀ ਉਹਨਾਂ ਨੂੰ ਵੀ ਕਦੀ ਆਰਟਸ ਕੌਂਸਲ ਵੱਲੋਂ ਨਹੀਂ ਕੀਤਾ ਗਿਆ ਸੀ ਸਨਮਾਨਿਤ, ਸੋ ਉਹਨਾਂ ਨੂੰ ਕੀਤਾ ਗਿਆ। ਉਹਦੇ ਨਾਲ ਨਾਲ ਅਸੀਂ ਕੋਸ਼ਿਸ਼ ਕੀਤਾ ਸੀ ਜਿੰਨੀਆਂ ਵੀ ਡਾਇੰਗ ਆਰਟਸ ਨੇ, ਜਿੱਦਾਂ ਨਚਾਰ ਸੀਗੇ, ਬੀਨ ਵਾਲੇ ਸੀ, ਸਪੇਰੇ, ਭੰਡ, ਉਹਨਾਂ ਨੂੰ ਸਾਰਿਆਂ ਨੂੰ ਅਸੀਂ ਪੂਰਾ 3 ਦਿਨਾਂ ਦੇ ਮੇਲੇ 'ਚ ਬੁਲਾ ਕੇ ਰੱਖਿਆ, ਜਿੱਥੇ ਉਹਨਾਂ ਨੂੰ ਰੁਜ਼ਗਾਰ ਮਿਲਿਆ। ਮੈਨੂੰ ਬੜਾ ਚੰਗਾ ਲੱਗਾ, ਇੱਕ ਜਦੋਂ ਅਖਬਾਰ 'ਚ ਖਬਰ ਛਪੀ ਅਤੇ ਇੱਕ ਅਲਗੋਜ਼ੇ ਵਜਾਉਂਦੇ ਸੀਗੇ, ਉਹ ਪਟਿਆਲੇ ਤੋਂ ਡਰੈਸ ਪਾ ਕੇ ਬੱਸੇ ਚੜ੍ਹ ਕੇ ਆਏ, ਅਤੇ ਉਹ ਆ ਕੇ ਇੱਥੇ ਬੈਠੇ ਰਹੇ। ਮੈਂ ਸ਼ਾਮ ਨੂੰ ਆਈ ਅਤੇ ਉਹ ਕਹਿੰਦੇ ਕਿ ਮੈਂ ਤੁਹਾਨੂੰ ਮਿਲਣਾ ਸੀ, ਮੈਂ ਕਿਹਾ ਹਾਂਜੀ ਦੱਸੋ, ਕਹਿੰਦੇ ਮੈਨੂੰ ਪਤਾ ਲੱਗਾ ਸੀ ਤੁਸੀਂ ਕੋਈ ਇੱਦਾਂ ਦਾ ਮੇਲਾ ਕਰ ਰਹੇ ਹੋ ਅਤੇ ਮੈਂ ਤੁਹਾਨੂੰ ਉਹਦੇ ਵਾਸਤੇ ਮਿਲਣ ਆਇਆ ਵਾਂ, ਮੈਂ ਪਰਫੋਰਮ ਕਰਨਾ। ਮੈਨੂੰ ਇੰਨੀ ਖੁਸ਼ੀ ਹੋਈ ਕਿ ਤੁਸੀਂ ਜਿੰਨਾਂ ਲੋਕਾਂ ਲਈ ਕਰਨਾ ਚਾਹ ਰਹੇ ਹੋ ਉਹ ਤੁਹਾਡੇ ਕੋਲ ਆਪ ਚੱਲ ਕੇ ਆ ਰਹੇ। ਫਿਰ ਅਸੀਂ ਉਹਨਾਂ ਨੂੰ ਰਾਤ ਰੱਖਿਆ, ਪੇਮੈਂਟ ਕੀਤੀ ਮੈਂ ਬਕਾਇਦਾ, ਮਤਲਬ ਮੈਨੂੰ ਲੱਗਾ ਕਿ ਉਹਨਾਂ ਨੂੰ ਦੇ ਡਿਜ਼ਰਵ ਇਟ, ਬਹੁਤ ਕੁਛ ਡਿਜ਼ਰਵ ਕਰਦੇ ਨੇ, ਪਰ ਜਿੰਨੀ ਕੁ ਸਾਡੀ ਹਿੰਮਤ ਸੀ ਅਸੀਂ ਉਹਨਾਂ ਨੂੰ ਕੀਤਾ। ਮਿਨਿਸਟਰ ਸਾਹਿਬ ਨੂੰ ਮੈਂ ਸਪੈਸ਼ਲੀ ਉਹਨਾਂ ਦੇ ਕੋਲ ਮਿਲਾ ਕੇ ਲੈ ਕੇ ਆਈ। ਛੋਟੀਆਂ ਛੋਟੀਆਂ ਖੁਸ਼ੀਆਂ ਨੇ ਮੈਨੂੰ ਬਹੁਤ ਜ਼ਿਆਦਾ ਇਸ ਥਾਂ 'ਤੇ ਸਕੂਨ ਜਿਹੜਾ ਦਿੱਤਾ ਹੈ। ਫਿਰ ਉਸ ਤੋਂ ਬਾਅਦ ਅਸੀਂ ਬਟਾਲੇ ਦੇ ਵਿੱਚ, ਕਿਉਂਕਿ ਅਸੀਂ ਇਸ ਪ੍ਰਿੰਸਿਸ 'ਚ ਤਾਂ ਬਹੁਤ ਸਾਰਾ ਕੰਮ ਕਰਦੇ ਹਾਂ, ਪਰ ਪੰਜਾਬ ਆਰਟਸ ਕੌਂਸਲ ਦਾ ਕੰਮ ਹੈ ਕਿ ਪੂਰੇ ਪੰਜਾਬ 'ਚ ਕੰਮ ਕਰੇ। ਸੋ ਪਹਿਲੀ ਵਾਰੀ ਅਸੀਂ ਉੱਠ ਕੇ ਬਟਾਲੇ ਦੇ ਵਿੱਚ ਜਾ ਕੇ ਸ਼ਿਵ ਕੁਮਾਰ ਬਟਾਲਵੀ ਉਤਸਵ ਮਨਾਇਆ, ਜਿੱਥੇ ਉਹਨਾਂ ਦੀ ਪੂਰੀ ਲਾਈਫ ਦੀਆਂ ਜਿੱਥੇ ਐਗਜੀਬਿਸ਼ਨ ਲਗਾਈ ਪਹਿਲੀ ਵਾਰ, ਉੱਥੇ ਲੂਣਾ ਪਲੇ ਹੋਇਆ, ਔਰ ਸ਼ਿਵ ਆਡੀਟੋਰੀਅਮ ਜੋ ਕਿ 40 ਸਾਲ ਹੋ ਗਏ ਦੇ ਬਣਦਿਆਂ ਹੋਇਆ, ਔਰ ਉੱਥੇ ਮੱਝਾਂ ਗਾਵਾਂ ਚੜ੍ਹਦੀਆਂ ਸਨ, ਅਤੇ ਉਹ ਲੋਕਾਂ ਨੂੰ ਪਹਿਲੀ ਵਾਰ ਲੱਗਾ। ਮੈਂ ਜਦੋਂ ਪਹਿਲੀ ਵਾਰੀ ਬਟਾਲੇ ਗਈ ਅਤੇ ਉੱਥੇ ਸਾਡੇ ਕੋਈ ਨੋਨ ਸੀ, ਉਹਨਾਂ ਨੇ ਮੈਨੂੰ ਕਿਹਾ ਪੁੱਤਰ ਇੱਥੇ ਤਾਂ 20 ਬੰਦੇ ਨਹੀਂ ਇਕੱਠੇ ਹੁੰਦੇ, ਤੂੰ ਕਿਹੜਾ ਪੰਗਾ ਲੈ ਲੈਣਗੀ। ਅਤੇ ਮੈਂ ਕਹਿੰਦੀ ਅੰਕਲ, ਮੇਰੇ ਮਨ 'ਚ ਇਹ ਬੜਾ ਹੈਗਾ ਕਿ ਉਹ ਬੰਦੇ ਦਾ ਜਿੱਡਾ ਵੱਡਾ ਕੱਦ ਸੀ, ਇਹ ਸ਼ਹਿਰ ਰਿਣੀ ਉਹਦਾ, ਉਹਨੇ ਜੀਂਦੇ ਜੀ ਉਹਦੀ ਕਦਰ ਨਹੀਂ ਪਾਈ, ਅਤੇ ਮੈਂ ਚਾਹੁੰਦੀ ਹਾਂ ਉਹਦੇ ਕੱਦ ਦਾ ਇੱਕ ਪ੍ਰੋਗਰਾਮ ਕਰਾਂ, ਮੇਰੇ ਸਿਰ 'ਤੇ ਬੋਝ ਹੈ। ਤੁਸੀਂ ਮੰਨਣਾ ਨਹੀਂ, 450-450 ਦੀ ਕਪੈਸਿਟੀ ਹੈ, ਔਰ 800-900 ਬੰਦਾ ਉੱਥੇ ਸੀਗਾ, ਔਰ 3 ਸੈਸ਼ਨਸ ਅਸੀਂ ਕੀਤੇ ਸੀ, ਤਿੰਨਾਂ ਸੈਸ਼ਨ ਦੇ ਵਿੱਚ ਜੈਮ ਪੈਕ ਸੀਗਾ, ਔਰ ਪਾਤਰ ਸਾਹਿਬ ਨੇ ਮਤਲਬ ਇੰਨੇ ਅੱਛੇ ਲਫ਼ਜ਼ ਉੱਥੇ ਇਸਤੇਮਾਲ ਕੀਤੇ, ਕਹਿੰਦੇ ਮੈਂ ਨਹੀਂ ਸੀ ਸੋਚਿਆ ਕਦੀ ਕਵੀ ਦਰਬਾਰ ਵੀ ਇਸ ਤਰੀਕੇ ਦਾ ਹੋ ਸਕਦਾ। ਸੋ ਮੈਂ ਕੋਸ਼ਿਸ਼ ਕਰ ਰਹੀ ਹਾਂ, ਮਿਹਨਤ ਕਰ ਰਹੀ ਹਾਂ, ਕਿਉਂਕਿ ਮਾਲਕ ਨੇ ਮੈਨੂੰ ਸਮਾਂ ਦਿੱਤਾ ਹੈ, ਅਤੇ ਇਹ ਕਲਾਕਾਰਾਂ ਦਾ ਅਦਾਰਾ, ਰੰਧਾਵਾ ਸਾਹਿਬ ਨੇ ਬੜੀ ਉੱਚੀ ਸੋਚ ਨਾਲ ਇਸ ਨੂੰ ਕਲਾਕਾਰਾਂ ਦੇ ਉਸ ਮੱਕੇ ਦੇ ਰੂਪ 'ਚ ਸਿਰਜਿਆ ਸੀ। ਮੈਂ ਚਾਹੁੰਦੀ ਹਾਂ ਕਿ ਕਲਾਕਾਰ ਪੂਰੇ ਵਰਲਡ 'ਚ ਜਦੋਂ ਵੀ ਕੋਈ ਆਰਟਿਸਟ ਆਵੇ ਅਤੇ ਉਹਨੂੰ ਹੋਰ ਕੁਝ ਪਤਾ ਨਾ ਹੋਵੇ, ਕਿਸੇ ਆਰਟਿਸਟ ਦਾ ਪਤਾ ਨਾ ਹੋਵੇ, ਪਰ ਉਹਨੂੰ ਇੱਕ ਐਡਰੈਸ ਪਤਾ ਹੋਵੇ ਕਿ ਮੈਂ ਆਰਟਿਸਟ ਹਾਂ ਅਤੇ ਮੈਂ ਪੰਜਾਬ ਆਰਟਸ ਕੌਂਸਲ
ਜਾਵਾਂਗਾ ਤਾਂ ਉੱਥੋਂ ਮੇਰੇ ਸਾਰੇ ਕੰਮ ਹੋ ਜਾਣਗੇ। ਇਸੇ ਤਰ੍ਹਾਂ ਪੰਜਾਬ ਦੇ ਆਰਟਿਸਟਾਂ ਨੂੰ ਵੀ ਪਤਾ ਹੋਵੇ। ਪਿੱਛੇ ਜਿਵੇਂ ਥੀਏਟਰ ਵਾਲਿਆਂ ਨਾਲ ਇੱਕ ਮੀਟਿੰਗ ਕੀਤੀ ਸੀ, ਪੂਰੇ ਪੰਜਾਬ ਦੇ ਥੀਏਟਰ ਦੇ ਯੰਗ ਰੂਰਲ ਜਿਹੜੇ ਬੱਚੇ ਨੇ ਉਹ ਕਰ ਰਹੇ ਨੇ। ਮੇਰਾ ਮਕਸਦ ਸੀਗਾ ਕਿ ਮੈਂ ਜਾਣਨਾ ਚਾਹੁੰਦੀ ਸੀ ਕਿ ਉਹਨਾਂ ਨੂੰ ਕੀ ਮੁਸ਼ਕਿਲਾਂ ਨੇ। ਅਸੀਂ ਪਿੱਛੇ ਜਿਹੜਾ ਆਪਣਾ ਓਪਨ ਏਅਰ ਥੀਏਟਰ ਹੈ ਸੈਟਰਡੇ ਸੰਡੇ ਰੂਰਲ 'ਚ ਜਿਹੜੇ ਬੱਚੇ ਥੀਏਟਰ ਕਰ ਰਹੇ ਨੇ ਉਹਨਾਂ ਲਈ ਫ੍ਰੀ ਕੀਤਾ ਸੀ। ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਪੇ ਵੀ ਕਰਾਂਗੇ ਪਰ ਤੁਸੀਂ ਆਪਣੇ ਪਿੰਡਾਂ 'ਚੋਂ ਨਿਕਲ ਕੇ ਇੱਥੇ ਪਰਫੋਰਮ ਕਰੋ ਤਾਂ ਕਿ ਤੁਹਾਡਾ ਐਕਸਪੋਜ਼ਰ ਵੱਡਾ ਹੋਵੇ। ਫਿਰ ਗੀਤ ਦਰਬਾਰ ਕੀਤਾ ਸੀਗਾ ਕਿ ਕਵੀ ਦਰਬਾਰ ਦੇ ਨਾਲ ਨਾਲ ਜਿਹੜੇ ਲਿਰਿਸਿਸਟ ਨੇ ਉਹ ਵੀ ਉਨੇ ਲਿਟਰੇਚਰ 'ਚ। ਕਈ ਵਾਰ ਹੁੰਦਾ ਕਿ ਅਸੀਂ ਦੋ ਤਰ੍ਹਾਂ ਦੀ ਸ਼੍ਰੇਣੀ ਬਣਾ ਦਿੱਤੀ ਹੈ, ਇੱਕ ਕਿਤਾਬਾਂ ਲਿਖਦੇ ਨੇ, ਕਵਿਤਾ ਲਿਖਦੇ ਨੇ, ਇੱਕ ਗੀਤ ਲਿਖਦੇ ਨੇ। ਉਹ ਗੀਤ ਦਰਬਾਰ ਵੀ ਆਪਣੇ ਆਪ 'ਚ ਕਾਫੀ ਸਫਲ ਮੰਨਿਆ ਜਾਂਦਾ। ਸਾਹਿਤ ਅਕੈਡਮੀ ਵੱਲੋਂ ਮੈਡਮ ਸੋਲ ਹੁਣਾਂ ਨੇ ਉਹਨਾਂ ਦੀ ਪ੍ਰਧਾਨਗੀ 'ਚ ਹੋਇਆ ਸੀਗਾ। ਸੋ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਪ੍ਰੋਗਰਾਮ ਜਿੱਦਾਂ ਹੁਣ ਥੀਏਟਰ ਫੈਸਟੀਵਲ ਹੋ ਰਿਹਾ ਹੈ, ਬਹੁਤ ਸਾਰੀਆਂ ਚੀਜ਼ਾਂ ਅਸੀਂ ਟਾਈਮ ਟੂ ਟਾਈਮ ਕਰਦੇ ਜਾ ਰਹੇ ਹਾਂ। ਔਰ ਹੁਣ ਜਿਹੜਾ ਉਹ ਤੀਜ ਦਾ ਫੈਸਟੀਵਲ ਜਿਹੜਾ ਅਤੇ ਇਸੇ ਸਬੱਬ ਨਾਲ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ। ਕਹਿੰਦੇ ਮੇਲਾ ਧੀਆਂ ਦਾ, ਸਬੱਬ ਧੀਆਂ ਦਾ, ਕੀ ਇਹਦੀ ਰੂਪ ਰੇਖਾ ਰਹੇਗੀ ਪੂਰੇ ਪ੍ਰੋਗਰਾਮ ਦੀ? ਸਭ ਤੋਂ ਵੱਡੀ ਗੱਲ ਹੈ ਕਿ ਸਾਰੀਆਂ ਲੈਜੈਂਡਸ ਪਰਫੋਰਮ ਕਰ ਰਹੀਆਂ ਨੇ। ਮੈਨੂੰ ਲੱਗਦਾ ਸੀਗਾ ਕਿ ਟਾਈਮ ਦੇ ਨਾਲ ਨਾਲ ਜਦੋਂ ਬੰਦੇ ਦਾ ਸ਼ਿਖਰ ਹੁੰਦਾ ਉਸ ਤੋਂ ਬਾਅਦ ਫਿਰ ਅਸੀਂ ਆਰਟਿਸਟ ਨੂੰ ਸ਼ਾਇਦ ਕਿਧਰੇ ਭੁੱਲ ਤਾਂ ਨਹੀਂ ਸਕਦੇ, ਲੇਕਿਨ ਕਿਧਰੇ ਉਹਨਾਂ ਦੀ ਇੰਟਰੈਕਸ਼ਨ ਘੱਟ ਹੋ ਜਾਂਦੀ ਹੈ। ਸੋ ਮੈਂ ਦੁਬਾਰਾ ਤੋਂ ਜਿੰਨੀਆਂ ਸਾਡੀਆਂ ਫੀਮੇਲ ਆਰਟਿਸਟ ਨੇ ਲੈਜੈਂਡਸ, ਗੁਰਮੀਤ ਬਾਵਾ ਜੀ ਨੇ, ਡੋਲੀ ਗੁਲੇਰੀਆ ਜੀ ਨੇ, ਸਰਬਜੀਤ ਕੌਰ ਜੀ ਨੇ, ਭੈਣਜੀ ਰਣਜੀਤ ਕੌਰ ਨੇ, ਸੁੱਖੀ ਬਰਾੜ ਜੀ ਨੇ, ਇਹ ਸਾਰੀਆਂ ਆਰਟਿਸਟ ਪਰਫੋਰਮ ਕਰ ਰਹੀਆਂ ਨੇ। ਇਹ ਮੇਰੇ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਲੱਗਦਾ ਸੀਗਾ ਕਿ ਜਿਨ੍ਹਾਂ ਨੇ ਇੰਨਾ ਸ਼ਿਖਰ ਦੇਖਿਆ ਦੁਬਾਰਾ ਤੋਂ ਮੇਲਿਆਂ ਦੀ ਜਿੰਦ ਜਾਨ ਹੋਣਗੀਆਂ। ਉਸ ਦੇ ਨਾਲ ਅਸੀਂ ਫੀਮੇਲ ਔਰਕੈਸਟਰਾ ਵੀ ਪ੍ਰਮੋਟ ਕਰ ਰਹੇ ਹਾਂ ਵੀ ਕੁੜੀਆਂ ਵਜਾਉਣਗੀਆਂ। ਸੋ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਵਿਮੈਨ ਇੰਪਾਵਰਮੈਂਟ, ਕੁੜੀਆਂ ਦੀਆਂ ਉਹ ਪਰਫੋਰਮੈਂਸਿਸ ਜਿਹਦੇ 'ਚ ਉਹ ਵਾਕਈ ਕੁਝ ਕਰਨਾ ਚਾਹੁੰਦੀਆਂ ਨੇ ਉਹ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਦੇ ਵਿੱਚ। ਫਿਰ ਕੰਪੀਟੀਸ਼ਨ ਤਾਂ ਹੈ ਹੀ ਹੈ ਮਿਸ ਤੀਜ, ਤਾਂ ਕਿ ਡਰੈਸ ਕੋਡ ਜਿਹੜਾ ਹੈ ਉਹ ਸਾਰੇ ਪਾ ਕੇ ਆਉਣਗੇ, ਕੁੜੀਆਂ ਫਿਰ ਸੱਜ ਧੱਜ ਕੇ ਆਉਣਗੀਆਂ ਉਹਦੇ 'ਚ ਜੀ। ਅਤੇ ਪੰਜਾਬ ਦੇ ਵਿੱਚ ਤਕਰੀਬਨ 12,000 ਤੋਂ ਉੱਪਰ ਪਿੰਡ ਨੇ, ਅਤੇ ਇਹਨਾਂ ਸਾਰੇ ਪਿੰਡਾਂ ਨੂੰ ਤੁਸੀਂ ਕਿੱਦਾਂ ਇਕੱਠਾ ਕਰ ਰਹੇ ਹੋ? ਅਸੀਂ ਉਹ ਬਣਾ ਦਿੱਤੇ ਜੀ, ਅਲੱਗ ਅਲੱਗ ਸੈਂਟਰਸ ਬਣਾ ਦਿੱਤੇ ਨੇ। ਉੱਥੇ ਪੰਜ ਪੰਜ ਛੇ ਛੇ ਪਿੰਡਾਂ ਦੇ ਕਲੱਸਟਰ ਬਣਾ ਦਿਆਂਗੇ ਜਿਹਦੇ ਵਿੱਚ ਉਹ ਪਿੰਡ ਆਪਸ 'ਚ ਰਲ ਕੇ ਜਿਹੜੇ ਉਹ ਕੰਮ ਕਰਨਗੇ ਜੀ। ਜਦੋਂ ਤੁਸੀਂ ਇਸ ਪੰਜਾਬ ਆਰਟਸ ਕਾਊਂਸਲ ਦੇ ਪ੍ਰੈਜ਼ੀਡੈਂਟ ਬਣੇ ਸੀ ਅਤੇ ਕਾਫੀ ਸਵਾਲ ਵੀ ਉੱਠੇ ਸੀ ਕਿ ਸਤਿੰਦਰ ਸੱਤੀ ਹੀ ਕਿਉਂ, ਅਤੇ ਅੱਜ ਤੁਸੀਂ 6-7 ਮਹੀਨੇ ਹੋ ਗਏ ਵਧੀਆ ਕਾਰਗੁਜ਼ਾਰੀ ਕਰ ਰਹੇ ਹੋ, ਅਤੇ ਉਹ ਜਿਹੜੇ ਵਿਰੋਧੀ ਸੁਰ ਸੀ ਥੋੜ੍ਹੇ ਠੰਡੇ ਹੋਏ ਨੇ ਜਾਂ ਸਟਿਲ ਤੁਹਾਨੂੰ ਮਤਲਬ ਕੰਮ ਕਰਦੇ ਹੋਏ ਵੀ ਦਿੱਕਤਾਂ ਆ ਰਹੀਆਂ ਨੇ? ਉਹ ਇੱਕ ਬੜਾ ਅੱਛਾ ਸ਼ੇਅਰ ਹੈ ਕਿ ਮੁਖਾਲਫਤ ਸੇ ਮੇਰੀ ਸ਼ਖਸੀਅਤ ਸਮਰਤੀ ਹੈ, ਦੁਸ਼ਮਨੋਂ ਕਾ ਮੈਂ ਬਹੁਤ ਇਹਤਰਾਮ ਕਰਤੀ ਹੂੰ। ਜਦ ਮੈਂ ਜ਼ਿੰਦਗੀ 'ਚ ਕਦੀ ਸੋਚਿਆ ਹੀ ਨਹੀਂ ਹੈ ਕਿ ਕੌਣ ਕੀ ਬੋਲਦਾ, ਕਿਉਂਕਿ ਮੈਂ ਹਮੇਸ਼ਾ ਇਹ ਮੰਨਦੀ ਹਾਂ ਕਿ ਮਾਲਕ ਨੇ ਤੁਹਾਨੂੰ ਇੱਕ ਸੇਧ ਦਿੱਤੀ ਹੈ, ਤੁਸੀਂ ਆਪਣਾ ਕੰਮ ਨਿਰੰਤਰ ਕਰਦੇ ਜਾਓ। ਪਰ ਮੈਂ ਜਦੋਂ ਲੱਗੀ ਸੀ ਮੈਂ ਉਦੋਂ ਵੀ ਕਿਹਾ ਸੀ ਕਿ ਮੈਂ ਬੋਲਣਾ ਕੁਛ ਨਹੀਂ ਕਿਸੇ ਦੇ ਲਈ ਵੀ, ਮੇਰਾ ਕੰਮ ਜਵਾਬ ਦੇਵੇਗਾ। ਮੈਂ ਅੱਜ ਵੀ ਇਹ ਕਹਿੰਦੀ ਹਾਂ ਕਿ ਮੇਰਾ ਕੰਮ ਹੀ ਜਵਾਬ ਦੇਵੇਗਾ। ਅਤੇ ਪੰਜਾਬ ਆਰਟ ਕਾਊਂਸਲ ਵੱਲੋਂ ਇਨ ਫਿਊਚਰ ਕਲਾ ਅਤੇ ਸੱਭਿਆਚਾਰ ਨੂੰ ਹੋਰ ਪ੍ਰਫੁੱਲਿਤ ਕਰਨ ਦੇ ਲਈ ਕਿਹੜੇ ਕਿਹੜੇ ਯਤਨ ਕੀਤੇ ਜਾ ਰਹੇ ਨੇ? ਅਸੀਂ ਇੱਕ ਬਹੁਤ ਜਲਦੀ ਇੱਕ ਇੰਟਰਨੈਸ਼ਨਲ ਲੈਵਲ ਦਾ ਕਵੀ ਦਰਬਾਰ ਕਰਵਾਉਣ ਜਾ ਰਹੇ ਹਾਂ, ਥੀਏਟਰ ਫੈਸਟੀਵਲ ਹੈ, ਲਿਟਰੇਚਰ ਫੈਸਟੀਵਲ ਹੈ, ਇਸ ਤਰ੍ਹਾਂ ਦੀਆਂ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਉਣ ਜਾ ਰਹੇ ਹਾਂ। ਕਾਫੀ ਚੀਜ਼ਾਂ ਏਜੰਡੇ 'ਚ ਨੇ ਜੋ ਆਉਣ ਵਾਲੇ ਸਮੇਂ 'ਚ ਤੁਹਾਨੂੰ ਪਤਾ ਲੱਗਣਗੇ। ਥੈਂਕ ਯੂ ਸੋ ਮੱਚ ਮੈਮ, ਤੁਸੀਂ ਮੰਤਵ ਲੈ ਕੇ ਚੱਲੇ, ਉਹ ਬਹੁਤ ਹੀ ਸਕਸੈਸਫੁਲ ਰਹੇ ਅਤੇ ਅਗਲੀਆਂ ਜਿਹੜੀਆਂ ਧੀਆਂ ਨੇ ਉਹ ਵੀ ਸਾਰੇ ਬਿਨਾਂ ਕਹੇ ਇਕੱਠੇ ਹੋ ਕੇ ਮਨਾਉਣ ਅਤੇ ਮੇਲੇ ਲੱਗਦੇ ਰਹੇ। ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਪਰੰਪਰਾ ਜਿਹੜੀ ਹੈ ਉਹਨੂੰ ਬੀਜ ਪਾਉਣਾ ਹੀ ਔਖਾ ਹੁੰਦਾ, ਦਰਖਤ ਤਾਂ ਫਿਰ ਆਪਣੇ ਆਪ ਹੀ ਲੱਗ ਜਾਂਦੇ ਨੇ ਜੀ। ਸੋ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ newsnumber.com ਨੂੰ ਟਾਈਮ ਦੇਣ ਦੇ ਲਈ। 22 ਜੁਲਾਈ ਤੋਂ ਇਸ ਕਾਊਂਸਲ ਵੱਲੋਂ ਇੱਕ ਜੋ ਪ੍ਰੋਗਰਾਮ ਸਿੱਧਾ ਜਾ ਰਿਹਾ ਪਿੰਡ ਵਾਜਾ ਮਾਰ ਦਾ, ਪੰਜਾਬ ਦੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਜਾਂ ਫਿਰ ਪੰਜਾਬ ਦੇ ਕਈ ਪਿੰਡਾਂ ਨੂੰ ਇੱਕ ਜਗ੍ਹਾ ਇਕੱਤ੍ਰਿਤ ਕਰਕੇ ਉਹ ਤੀਆਂ ਦੇ ਮੇਲੇ ਨੂੰ ਸੈਲੀਬ੍ਰੇਟ ਕਰ ਰਹੇ ਨੇ। ਸੋ ਜਿਸ ਸ਼ਹਿਰ ਦੇ ਵਿੱਚ, ਜਿਸ ਪਿੰਡ ਦੇ ਵਿੱਚ ਇਹ ਮੇਲੇ ਹੋਣਗੇ, ਤੁਸੀਂ ਗੱਜ ਵੱਜ ਕੇ ਉੱਥੇ ਪਹੁੰਚਣਾ ਹੈ ਅਤੇ ਸੈਲੀਬ੍ਰੇਟ ਕਰਨਾ ਹੈ। ਸਤਿ ਸ਼੍ਰੀ ਅਕਾਲ।